ਝੋਨੇ ਦੇ ਉੱਤੇ ਜਦੋਂ ਪਾਣੀ ਸੁਹਾਗਾ ਵੱਜ ਗਿਆ ਥੱਲੇ ਤੇ ਪਾਣੀ ਜਾਂਦਾ ਨੀ, ਨੋਰਮਲ ਪਾਣੀ ਰਹਿੰਦਾ ਬੱਤਰਵਾਂ ਜਿਹਾ। ਰੁੱਖ ਤਾਂ ਚਲੋ ਲਾਉਣੇ ਚਾਹੀਦੇ ਆਪਣੀ ਚੱਕਰ ਆਪਣੇ ਵਾਸਤੇ, ਜਿਹੜਾ ਮੀਂਹ ਪੈ ਗਏ ਹੁਸਮ ਜਿਹਾ ਹੁੰਦਾ ਨਾ ਉਹ ਕਾਹਦੇ ਵਾਸਤੇ ਹੁੰਦਾ, ਪਹਿਲਾਂ ਕੀ ਚੱਕਰ ਰੁੱਖ ਨਹੀਂ ਹੈਗੇ ਆਪਣੇ ਬਾਹਰ ਪੈ, ਜਦੋਂ ਮੀਂਹ ਪੈਂਦਾ ਤੇ ਠੰਡੀ ਠੰਡੀ ਹਵਾ ਆਉਂਦੀ ਆ, ਪੌਣ ਵਗਦੀ ਆ, ਤੇ ਆਪਣੇ ਰੁੱਖ ਨਹੀਂ ਹੈਗੇ ਤੇ ਹਵਾ ਕਾਹਦੀ ਭੁੱਸੜ ਹੀ ਵੱਜਣਾ। ਹੁਣ ਚੰਡੀਗੜ੍ਹ ਚੱਲ ਜਾਈਏ, ਚੰਡੀਗੜ੍ਹ ਕਿੱਡੇ ਕਿੱਡੇ ਰੁੱਖ ਪੁਰਾਣੇ ਆ, 200-200 ਸਾਲ ਪੁਰਾਣੇ ਰੁੱਖ ਆ, ਤੇ ਆਪਣੇ ਜਿਹੜੇ ਬੋਰਡ ਹੈਗੇ ਲੋਕੀ ਉਹ ਵੀ ਪਟਾਈ ਜਾਂਦੇ ਆ। ਜਿੰਨਾ ਚਿਰ ਆਪਾਂ ਆਪਦੀ ਜ਼ਿੰਮੇਵਾਰੀ ਨਾ ਸਮਝਾਂਗੇ ਕਿ ਸਾਡੇ ਆ ਪਿੰਡ ਚ ਰੁੱਖ, ਕਮੇਟੀ ਬਣਾਓ ਪਿੰਡ ਦੀ, ਪਿੰਡ ਦੀ ਕਮੇਟੀ ਬਣੀ ਹੋਵੇ ਪੱਤੀਓ ਪੱਤੀ ਵੀ ਆਹ ਮਹੀਨੇ ਜੇ ਆਹ ਮਹੀਨਾ ਇੰਨਾ ਪਾਣੀ ਪਾਉਣਾ ਤੇ ਆਹ ਮਹੀਨਾ ਇੰਨਾ ਪਾਣੀ ਪਾਉਣਾ, ਫਿਰ ਬਚਣੇ ਰੁੱਖ। ਇਹ ਨਾ ਵੇ ਲਾ ਕੇ ਤੇ ਮੁੜ ਕੇ ਆਪਾਂ ਹੀ ਖਵਾ ਦੂਜਾ ਸੜ ਜਾਣ ਪਾਣੀ ਤੋਂ ਬਗੈਰ, ਠੀਕ ਹੈ, ਸਾਂਭਣੇ ਵੀ ਆਪਾਂ। ਇਹ ਆਪਣੇ ਭਾਜੀ ਹੁਣ ਹੀ ਮਹਿਸੂਸ ਹੋਇਆ ਵੀ ਰੁੱਖ ਇੰਨੇ ਜ਼ਿਆਦਾ ਵੱਢਿਆ ਨਾ, ਹੌਲੀ ਹੌਲੀ ਵੱਢਦੇ 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 ਹੁਣ ਆ ਕੇ ਮਹਿਸੂਸ ਹੋਇਆ। ਇਹ ਬੜਾ ਕਿੱਦਾਂ ਗਿਆ ਤੈਨੂੰ ਮੈਂ ਦੱਸਾਂ, ਜਦੋਂ ਦਾ ਬੇੜਾ ਗਰਕ ਕੀਤਾ ਜ਼ਿਆਦਾ, ਆ ਜਦੋਂ ਦੇ ਕੰਪਿਊਟਰ ਕਰਾਏ ਆ, ਨਿਕਮ ਕੰਪਿਊਟਰ ਕਰਾਏ ਦੇ, ਜਦੋਂ ਕੰਪਿਊਟਰ ਕਰਾਏ ਦਾ ਭਲਾ ਕੀ ਆ, ਉਹਨਾਂ ਨੇ ਕਿਹਾ ਪੰਜਾਂ ਕਿਲਿਆਂ ਦਾ ਬਣਾ ਦਈਏ ਪਲਾਟ ਇੱਕ, ਜੱਟਾਂ ਨੇ ਕਹਿਣਾ ਆਹੋ ਬਣਾ ਦੇ ਸਿੱਧਾ ਹੀ ਕਰਦੇ ਇਹਨੂੰ ਫੇਲੀ ਵਰਗਾ, ਆਹ ਤੁਹਾਡਾ ਨਾ ਰੁੱਖ ਜੇ ਦੋ ਆਣਾ ਵਿੱਚ ਖਾਲ 'ਚ ਇਹਨਾਂ ਦਾ ਕਰੋ ਕੁਝ, ਅਤੇ ਜੱਟਾਂ ਨੇ ਕਹਿਣਾ ਵਾਕਈ ਯਾਰ ਇਹ ਹੱਟਦੇ ਆ, ਅਤੇ ਪਾਣੀ ਇੱਥੋਂ ਤੋਂ ਹੀ ਛੱਡਣਾ, ਇੱਕ ਵੱਟ ਪਾਉਣ ਦੀ ਲੋੜ ਹੈ ਤੁਹਾਨੂੰ, ਢਾਈਆਂ ਕਿੱਲਿਆਂ ਦੇ ਪਲਾਟ ਪਾ ਜਾਣੇ ਆ ਬਸ। ਉਹ ਜੱਟਾਂ ਨੇ ਕਿਹਾ ਵੱਟਾਂ ਪੋਚਣੀਆਂ ਪੈਣੀਆਂ, ਸਾਰਾ ਕੁਝ ਕਰਨਾ ਪੈਣਾ, ਅੱਛਾ 2.5 ਕਿੱਲਿਆਂ ਦਾ ਪਲਾਟ ਬਸ, ਉਹ ਕਰ ਲਿਆ, ਪੰਜਾਂ ਦਾ ਪਲਾਟ ਕਰਤਾ, ਅਤੇ ਰੁੱਖਾਂ ਰੁੱਖਾਂ ਦੇ, ਫਿਰ ਇਹ ਨਹੀਂ ਸੋਚਿਆ ਵੀ ਅਸੀਂ ਚਾਹ ਕਿਹਦੇ ਥੱਲੇ ਬਹਿ ਕੇ ਪੀਂਦੇ ਹਾਂ ਅਤੇ ਕੀ ਕਰਦੇ ਹਾਂ ਬਸ, ਪਰ ਵੇਲਾ ਉਦੋਂ ਵੀ ਰੋਟੀ ਪਾਣੀ ਆਪਾਂ ਖਾਂਦੇ ਹਾਂ ਜਦੋਂ ਆਪਣੇ ਤੋਂ ਆਪਾਂ ਕਿੱਲੇ ਕਿੱਲੇ ਦੀਆਂ ਵੱਟਾਂ ਪਾਉਣੇ, ਉੱਚੀਆਂ ਨੀਵੀਆਂ ਸਾਰਾ ਕੁਝ ਕਰਦੇ ਹਾਂ। ਸਾਡੀ ਕੱਚਾ ਜਿਹਾ ਪੈ ਜਾਂਦਾ ਹੁੰਦਾ ਸਾਡੇ ਘਰ ਨੂੰ, ਸਾਡੀ ਹਵੇਲੀ ਨੂੰ, ਹਵੇਲੀ ਤੋਂ ਸਿੱਧਾ ਬਾਈਕਾਂ ਸਾਡੇ ਘਰਾਂ ਨੂੰ ਦੂਜਿਆਂ ਘਰਾਂ ਨੂੰ ਜਾਂਦਾ, ਉੱਥੇ ਘੱਟੋ ਘੱਟ ਮੇਰੇ ਹਿਸਾਬ ਨਾਲ ਸਾਡੀਆਂ ਟਾਹਲੀਆਂ ਹੋਣੀਆਂ ਵਾ, ਮੈਂ ਉਦੋਂ ਕਹਿੰਦਾ ਨਾ 26-27 ਟਾਹਲੀਆਂ ਹੋਣੀਆਂ ਨਿੱਕੀਆਂ ਨਿੱਕੀਆਂ, ਇੱਕ ਨਹੀਂ ਰਹਿਣ ਦਿੱਤੀਆਂ ਹੋਣ ਮੇਰੇ ਹਿਸਾਬ ਨਾਲ, 4-5 ਆ ਟਾਹਲੀਆਂ ਸਾਡੀਆਂ, ਕਿਉਂਕਿ ਭਾਊ ਜੇ ਆਪਾਂ ਘਰੋਂ ਲੱਗਾਂਗੇ ਨਾ ਆਪਦੇ ਨੂੰ ਫੇਰ ਆ, ਹਾਂ ਨਹੀਂ ਚਾਹੀਦੇ ਲਾਉਣੇ ਲਾਉਣੇ ਪੈਣੇ ਆ, ਆਪਣੀ ਜ਼ਰੂਰਤ ਨੂੰ ਲਾਉਣੇ ਪੈਣੇ ਇੱਧਰ ਉਂਗਲ। ਕੱਲ ਵੱਜ ਗਈ ਆ ਤੇ ਪੀੜ ਬੜੀ ਹੁੰਦੀ, ਪਰਸੋਂ ਆਹ ਵੱਜੀ ਪਹਿਲੋਂ ਬਾਅਦ ਐਂ ਮੁੜਦੀ ਨਹੀਂ, ਹੁਣ ਇੱਥੇ ਨਹੀਂ ਜਾਂਦੀ, ਅਤੇ ਬਸ ਸੜਕਾਂ ਲੈ ਕੇ ਕਹਿਣਾ ਜੇ ਲੱਗਾ ਨਾ ਤਾਂ ਤੂੰ ਜੱਫਾ ਨਹੀਂ ਪਾਇਆ ਵੀ ਭਲਵਾਨਾ ਜਾ ਗੁਰੂਆ, ਵਿੱਚ ਕਈ ਫੋਟੋਆਂ ਖਿਚਾਉਣ ਵਾਲੇ ਨਹੀਂ ਹੁੰਦੇ, ਸਾਹ ਚੜਿਆ ਹੁੰਦਾ ਅਤੇ ਜੇ ਸਾਈਡ ਜੀ ਨੂੰ ਹੋ ਜੀ ਉਹ ਗੁਰੂਆ ਖਚਾਲਾ ਫੋਟੋ, ਹੈਲੋ ਤੂੰ ਆਕੜ ਕਰਦਾ ਵਾ, ਉਹ ਜਾ ਯਾਰ ਖਚਾਲਾ ਫੋਟੋ, ਮੈਂ ਆਕੜ ਕਾਹਦੀ ਕਰਨੀ। ਫਿਰ ਵਿਹਲਾ ਵੀ ਇੱਕ ਚੀਜ਼ ਹੁੰਦੀ ਹੈ ਕਿ ਭਲਵਾਨ ਬੰਦਾ ਇੰਨਾ ਜ਼ਿਆਦਾ ਸਿਦਕ ਚਾਹੀਦਾ, ਜਦੋਂ ਸਾਹਣ ਵਾਲਾ ਕੰਮ ਹੀ ਹੈਗੇ ਉਹ ਸਾਹਣ ਨਹੀਂ ਖਲੋਤਾ ਹੁੰਦਾ, ਜਿਸ ਤਰ੍ਹਾਂ ਮੰਨ ਲਓ ਕਿ ਕਿਤੇ ਛਾਵੇਂ ਛੂਵੇਂ ਜਾਂ ਜਿੱਦਾਂ ਮਰਜ਼ੀ ਉਹ ਗਟਾਰਾਂ ਗਟੂਰਾਂ ਉਹਦੇ ਚੁੱਚੜ ਚੁੱਚੜ ਖਾਂਦੀਆਂ, ਕਦੇ ਇੱਧਰ ਚੁੰਝ ਮਾਰ ਇੱਧਰ ਚੁੰਝ ਮਾਰ, ਉੱਤੇ ਕਾਂ ਬੈਠੇ ਹੁੰਦੇ ਜਾਂ ਮੱਖੀਆਂ ਮੁੱਖੀਆਂ ਉਹਦੇ ਆਲੇ ਦੁਆਲੇ ਹੋ ਜਾਂਦੀਆਂ,
ਉਹ ਸ਼ਾਂਤੀ ਨਾਲ ਬੈਠਾ ਹੁੰਦਾ ਵਾ, ਜੋ ਮਰਜ਼ੀ ਕਰੀ ਜਾਓ। ਮੈਂ ਕਹਿ ਰਿਹਾ ਭਲਵਾਨ ਵੀ ਉਹ ਨਸਲ ਦਾ ਚਾਹੀਦਾ, ਠੰਡਾ ਤੀਰਾ, ਜਿਹਨੇ ਕੰਨੋਂ ਫੜਿਆ ਉੱਧਰ ਨੂੰ ਤੁਰ ਪਿਆ, ਉਹਨੇ ਕੰਨੋਂ ਫੜਿਆ ਉੱਧਰ ਨੂੰ ਤੁਰ ਪਿਆ। ਆਪਾਂ ਆਪ ਜਿਹੜਾ ਕੰਨੋਂ ਫੜਦਾ ਇਹਨੂੰ ਉਹ ਚਾਹੀਦਾ, ਜੇ ਕੋਈ ਬਾਂਹ ਫੜਦਾ ਇਹਨੂੰ ਮੂੰਹ ਕਰ ਲਈਦਾ, ਹੈ ਨਾ। ਕੰਮ ਵੀ ਇੱਦਾਂ ਹੀ ਕਰਨਾ ਪੈਂਦਾ। ਉਹ ਤਾਂ ਆਪਾਂ ਕਿਸੇ ਨਾਲ ਲੜ ਥੋੜ੍ਹੀ ਸਕਦੇ ਹਾਂ। ਜੇ ਮੰਨ ਕੇ ਚੱਲ ਇੱਕ ਬੰਦੇ ਨੇ, ਜੇ 100 ਬੰਦੇ ਨਾਲ ਫੋਟੋ ਖਿਚਾਉਂਦੇ ਹਨ, ਇੱਕ ਬੰਦੇ ਦਾ ਮਿਲ ਮੰਨ ਕੇ ਚੱਲ ਵੀ ਮਨ ਚ ਹੀ ਤੁਰਦੇ ਆ, ਉਹ ਸਾਰਿਆਂ ਦਾ ਕੰਮ ਹੋ ਜਾਣਾ। ਉਹਨੇ ਕਹਿਣਾ ਜਾ ਇਹ ਕਹਦਾ ਭਲਵਾਨ ਹੈ, ਮੇਰੇ ਨਾਲ ਫੋਟੋ ਨਹੀਂ ਖਿਚਾਈ। ਬਸ ਉਹਦੇ ਨੂੰ ਫਿਰ ਜਿੰਨੀ ਨਿਮਰਤਾ ਰੱਖਣੀ ਪੈਂਦੀ ਆ ਵੀ ਜਿਹੜਾ ਬੰਦਾ ਖੁਸ਼ ਹੀ ਜਾਵੇ, ਬਸ ਫਿਰ ਆ। ਤੇ ਜੇ ਇੱਕ ਨਾਲ ਨਾ ਖਿਚਾਈ ਤਾਂ ਸਾਰਾ ਕੰਮ ਖਰਾਬ ਹੋ ਜਾਣਾ। ਉਹਨੇ ਦਹਾਂ ਨੂੰ ਹੋਰ ਜਾ ਕੇ ਦੱਸਣਾ ਤੁਸੀਂ ਫਰੰਦੀਪੁਰੀਆ ਕਹਿੰਦੇ ਜੋ ਉਹਨੇ ਫੋਟੋ ਨਹੀਂ ਖਿਚਾਈ। ਮੰਨਾ ਹੋਰ ਜੱਟਾ ਧੁੱਪੇ ਖਲੋ ਕੇ ਚਾਹ ਪੀਤੀ ਜਾ ਰਹੀ। ਤੇ ਉਹ ਜਦੋਂ ਮੰਨ ਕੇ ਚੱਲ ਮੈਚ ਹੋਇਆ ਨਾ ਖਤਮ, ਚਲੋ ਸੰਗਤ ਪਿਆਰ ਕਰਦੀ ਆ ਜਾਂਦੀ ਕੋਲ, ਸੰਗਤ ਜਦੋਂ ਆਲਾ ਦੁਆਲਾ ਕਰ ਲੈਂਦੀ ਹੈ ਨਾ ਲਾਗੇ ਆ ਗਏ, ਤੇ ਘੁੰਮ ਸਜਿਆ ਬਣ ਜਾਂਦਾ, ਸਾਹ ਨਹੀਂ ਆਉਂਦਾ। ਤੇ ਜੇ ਮੁੜ ਕੇ ਮੰਨ ਕੇ ਚੱਲ ਕਿਸੇ ਨੂੰ ਉੱਚਾ ਨੀਵਾਂ ਬੋਲਿਆ ਜਾਵੇ, ਕਿਸੇ ਨੇ ਕਹਿਣਾ ਭਲਵਾਨ ਏਦਾਂ ਕਰਦੇ, ਫਿਰ ਬੜਾ ਰੱਬ ਦਾ ਨਾਂ ਹੀ ਲਈਦਾ ਵੀ ਰੱਬਾ ਤੂੰ ਹੀ। ਚਾਹ ਪੀਓ, ਚਾਹ ਜੀ ਵਾਹਿਗੁਰੂ ਜੀ, ਚਾਹ ਜੀ ਉਧਰੇ ਪਰਲੇ ਪਰਲੇ ਜਾਣਾ ਪੈਣਾ ਖਾਂਦੇ। ਤੇਰਾ ਫੈਨ ਬੜਾ ਮੈਨੂੰ ਕਹਿੰਦਾ ਡੈਡੀ ਅੱਜ ਖੜਨਾ ਖੜਨਾ, ਬਹੁਤ ਜ਼ਿਆਦਾ ਫੈਨ ਹੋ ਗਿਆ ਭਲਵਾਨ। ਇਹਦਾ ਭੈਣ ਆ ਤੇਰਾ, ਕੋਈ ਘਰੇ ਕਰਦਾ ਰਹਿੰਦਾ ਗੋਪੀ ਭਲਵਾਨ, ਗੋਪੀ ਭਲਵਾਨ ਬੰਨਾ ਭਲਵਾਨ ਓਏ ਐ ਟਿੱਡੀਏ ਲਵਾ ਫੋਟੋ ਇੱਕ ਕਰੀ ਇੱਥੇ ਬਾ ਇਹਨੂੰ ਓਏ ਆ ਓਏ ਬੜਾ ਜਿਹਾ ਇਹਨੂੰ ਤੁਰ ਫਿਰ ਕੇ ਹਵਾ ਦੋ ਇੱਥੇ ਬਾ ਓਏ ਇੱਥੇ ਭਈਏ ਤੂੰ ਪਾਟ ਤੇ ਇੱਥੇ ਆ ਰੋਜ਼ ਬੰਨਾ ਭਲਵਾਨ ਰੋਜ਼ ਕਾਲ ਕਰੀ ਜਾਂਦਾ ਭਲਵਾਨ ਟਿੱਡੀਏ ਭਲਵਾਨ ਜੀ ਲਵਾ ਫੋਟੋ ਉਧਰ ਹੈ ਉਧਰ ਆਵੇ ਇੱਧਰ ਬਾਹੂ ਇੱਥੇ ਕਿਹੜਾ ਫੋਟੋ ਲਾ ਹਾਂ ਇਹ ਗਿਰਤਾਜ ਐ ਕਰਦੇ ਐ ਕਰਦੇ ਉਧਰ ਭਲਵਾਨ ਦਾ ਹੈ ਨਾ ਬੱਚੇ ਬੰਨਾ ਭਲਵਾਨ ਬੜਾ ਫੈਨ ਭਲਵਾਨ ਤੁਹਾਡਾ ਬਹੁਤ ਫੈਨ ਹੈ ਫੋਟੋ ਲਾ ਯਾਰ ਕੀ ਕਰਨ ਦਿਆ ਪਾਣੀ ਪ੍ਰੈਕਟਿਸ ਲੱਗ ਗਈ ਉਹ ਵੀ ਬੈਠੇ ਬੈਠੇ ਛੱਡਦੇ ਜਾਣ ਲਵਾ ਫੋਟੋ ਮੇਰਾ ਧਿਆਨ ਨਾ ਭਲਵਾਨ ਅਜੇ ਖੇਡਣਾ ਭਲਵਾਨ ਜੀ ਉਹਦਾ ਅਸਲ 'ਚ ਨਾ ਆਪਾਂ ਕਹਿੰਦੇ ਕਿ ਮੁੜਕਾ ਜਿੰਨਾ ਮੁੜਕਾ ਨਿਕਲੂਗਾ ਨਾ ਉਨੀ ਆਪਣੀ ਸਿਹਤ ਤੰਦਰੁਸਤ ਦੀ ਇਹ ਗਰਮੀ ਹੈ ਨਾ ਜਿਹੜੀ ਇਹ ਆਪਾਂ ਨੂੰ ਬਚਾਉਣ ਦੀ ਹੈ ਹੁਣ ਪੁਰਾਣੇ ਬੰਦੇ ਜਦੋਂ ਪਹਿਲਾਂ ਚਾਹ ਚੂਹ ਪੀਂਦੇ ਹੁੰਦੇ ਅਤੇ ਉਹਨਾਂ ਕਹਿਣਾ ਪੱਖਾ ਬੰਦ ਕਰ ਲਓ ਇਹ ਪੱਖਾ ਬੰਦ ਕਰਕੇ ਕਿ ਚਾਹ ਪੀਤੇ ਹਾਂ ਸਰੀਰ ਖੁੱਲ੍ਹੇ ਮੁੜਕਾ ਮੜਕਾ ਜੀ ਹੁਣ ਆਪਾਂ ਏਸੀਆਂ 'ਚ ਵੜ ਵੜ ਕੇ ਚਾਹਵਾਂ ਪੀਂਦੇ ਹਾਂ ਮੁੜਕਾ ਨਾ ਆ ਜਾਏ ਯਾਰ ਜੇ ਮੁੜਕਾ ਆ ਗਿਆ ਤੇ ਚਾਹ ਦਾ ਸਵਾਦ ਮਰ ਜਾਣਾ ਜੋ ਮੁੜਕਾ ਨਾ ਸਹੀ ਗੱਲ ਚਾਹ ਲੋਕੀ ਪੀਂਦੇ ਖੁੱਲਦਾ ਹੈ ਸ਼ੁਰੂ
ਦੋ ਭਰਾ ਤੇ ਮੈਂ ਕਿਹਾ ਕੀ ਲੋੜ ਬਾਹਰ ਰਹਿਣ ਦੀ ਆ ਸਰਦਾਰ ਜੀ ਜੂਬੀ ਤੇ ਦਿਹਾੜੀਆਂ ਲਾਉਣੀਆਂ ਜਾ ਕੇ ਹੁਣ ਜੇ ਦੋ ਭਰਾ ਜੇ ਨਾ 10 ਕਿੱਲੇ ਮੰਨ ਕੇ ਚੱਲ ਜਾ ਠੇਕੇ ਤੇ ਲੈ ਲਓ 10 ਕਿੱਲੇ ਹੋਰ ਤੇ ਜਾਂ ਭਰਾ ਆਪਦੀ ਵਾਹ ਲਓ ਤੇ ਦਾਲ 10 15 ਹੁਣ ਪੂਰੇ ਪੈਸਿਆਂ 'ਚ ਗੱਲ ਹੁੰਦੀ ਕਨੇਡਾ ਤੇ 5 ਸਾਲਾਂ ਦਾ ਜਿਹੜਾ ਬੈਨ ਪਿਆ ਇੱਕ ਕਾਕਾ ਨਹੀਂ ਖਰੀਦ ਰਿਹਾ ਪਰ ਫਿਰ ਵੀ ਨਾ ਮੈਂ ਕਹਿੰਦਾ ਵੀ ਮਹਾਰਾਜ ਨੈਣ ਪ੍ਰੈਣ ਸਹੀ ਰੱਖੇ ਕੋਈ ਨਹੀਂ ਘੱਟ ਘੁੱਟ ਮੈਂ ਉਹ ਗੱਲ ਕਹਿੰਦਾ ਵੀ ਮਾਲਕ ਨੇ ਕਰਾਉਣਾ ਹੀ ਰੱਖਿਆ ਆ ਨਹੀਂ ਕਰਾਉਂਦਾ ਜੇ ਕੋਈ ਇੰਜਰੀ ਹੋਈ ਦੀ ਮੰਨ ਲਓ ਹੋਈ ਦੀ ਸਾਲ ਫਿਰ ਤੇ ਘਰ ਬਹਿਣਾ ਇੰਨਾ ਤੇ ਅਗਾ ਕਰਾਉਣ ਤੇ ਹੈਗੇ ਉਦੋਂ ਜਦੋਂ ਤੇਰੇ ਸੱਟ ਲੱਗਦੀ ਉਦੋਂ ਵੀ ਸਾਨੂੰ ਪਤਾ ਹੈ ਉਦੋਂ ਫਿੱਟ ਹਾਂ ਫਿਰ ਉਹ ਅਸਲ 'ਚ ਨਾ ਉਦੋਂ ਫਿੱਟ ਜ਼ਿਆਦਾ ਤੈਨੂੰ ਸੱਟ ਦਾ ਹੀ ਨਹੀਂ ਪਤਾ ਸੱਟ ਅੱਜ ਨਹੀਂ ਨਹੀਂ ਵਧੀਆ ਵਧੀਆ ਮੈਨੂੰ ਬੜਾ ਵਧੀਆ ਲੱਗਾ ਜੀ ਤੂੰ ਮੈਂ ਉਦੋਂ ਮੈਂ ਉਹ ਬੰਦੇ ਨੂੰ ਕਢਾਇਆ ਕਰੀ ਨਾਲ ਉੱਧਰ ਨਹੀਂ ਗਏ ਸੀ ਤੇਰੇ ਢਿੱਡੇ ਨਾਲ ਆਪਾਂ ਉੱਥੇ 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 ਦੇਖਿਆ ਤੈਨੂੰ ਪਹਿਲੀ ਵਾਰ ਬਹੁਤ ਵਧੀਆ ਉਹ ਤੁਹਾਡੀ ਪੱਕੀ ਟੀਮ ਹੈ ਹਾਂਜੀ ਪੱਕੀ ਬਾਬਾ ਪਾਲਾ ਸਿੰਘ ਲੋਹਗੜ੍ਹ ਉਹ ਵੀ ਤੁਹਾਡਾ ਮੁੰਡਾ ਵਧੀਆ ਨਾ ਉਹ ਦੂਜਾ ਅੱਛਾ ਨਹੀਂ ਅੱਛਾ ਹੁਣ ਢਿੱਲਾ ਜਿਹਾ ਵਿੱਚੋਂ ਹੀ ਉਹ ਤਾਂ ਬੜਾ ਸੈੱਟ ਹੀ ਉਹ ਦੂਜਾ ਜਿਹੜਾ ਰੇਡਰ ਭਿੰਦਾ ਭਿੰਦਾ ਵਧੀਆ ਵਧੀਆ ਉਹ ਪੁਰਾਣਾ ਬੰਦਾ ਕਿ ਨਵਾਂ ਹੀ ਹੈ ਜੇ ਨਹੀਂ ਠੀਕ ਖੇਡਦਾ ਵੇਟ ਬੂਟ ਪਾਈ ਜਿੱਦਾਂ ਖੇਡਦੇ ਤੇ ਇਹਦੇ ਵਿੱਚ ਤਾਂ ਓਪਨ ਚ ਆ ਗਏ ਇਕੱਠੇ ਜਿੱਦਾਂ ਸਾਰੇ ਅੱਛਾ ਵੇਟ ਖੇਡਦੇ ਰਹੇ ਵੇਟ ਬੂਟ ਖੇਡਦੇ ਰਹੇ ਤੇ ਫਿਰ ਇਹਦੇ ਵਿੱਚ ਜਿੱਦਾਂ ਬਣਾਈ ਟੀਮ ਯਾਰ ਕੀ ਉੱਠੇ ਜੇ ਤੁਸੀਂ ਸਾਰੇ ਯਾਰ ਪਿਛਲੇ ਸਾਲ ਜਿੱਦਾਂ ਬਣਾਈ ਸੀ ਟੀਮ ਉਹ ਨਹੀਂ ਯਾਰ ਕਾ ਜਿੱਦਾਂ ਹੋਈ ਸ਼ੋਰੀ ਵਧੀਆ ਵਧੀਆ ਸਾਰੇ ਬੰਦੇ ਮੁੰਡੇ ਸਾਰੇ ਵੇਟ ਬੂਟ ਵਾਲੇ ਭਾਜੀ ਮਿਹਨਤ ਬੁੱਤ ਲਾਇਆ ਕਰ ਤੈਨੂੰ ਨਾ ਪਹਿਲਾਂ ਮੈਂ ਦਿੰਦਾ ਤੈਨੂੰ ਸਪਰੈਂਟਾਂ ਚਾਹੀਦੀਆਂ ਜਿੰਨੀਆਂ ਲੱਗ ਜਾਣ ਉਹਨੀ ਤੜਕੇ ਉੱਠਦਾ ਨਾ ਉੱਠਦਾ ਨਾ ਨਹੀਂ ਉੱਠਦਾ ਨਹੀਂ ਉੱਠਿਆ ਕਦੇ ਨਹੀਂ ਉੱਠਦਾ ਨਾ ਪੱਕਾ ਡੇਲੀ ਪੱਕਾ ਨਹੀਂ ਮੈਂ ਨਹੀਂ ਇਹ ਜਿਹੜੀ ਉਮਰ ਹੈ ਨਾ ਤੁਹਾਡੀ ਤੁਹਾਡੀ ਡੇਲੀ ਉੱਠਣ ਦੀ ਉਮਰ ਹੈ ਜੀ ਜੇ ਤਾਂ ਅੱਗੇ ਵਧਣਾ ਅੱਗੇ ਵਧਣ ਦੀ ਭੁੱਖ ਰੱਖੀ ਦੀ ਹੁੰਦੀ ਸਾਰੀ ਉਮਰ ਫਿਰ ਬੰਦਾ ਅੱਗੇ ਵੱਧਦਾ ਰਹਿੰਦਾ ਜਿਹੜਾ ਬੰਦਾ ਤੜਕੇ ਤੜਕੇ ਉੱਠ ਕੇ ਮਿਹਨਤ ਨਹੀਂ ਨਾ ਕਰਦਾ ਉਹ ਬੰਦਾ ਉਹਨਾਂ ਚਿਰ ਤਕੜਾ ਨਹੀਂ ਹੋ ਸਕਦਾ ਉਹ ਉੱਥੇ ਰਹਿ ਜੂ ਜਿੱਥੇ ਹੈਗਾ ਜੇ ਤੁਸੀਂ ਤੜਕੇ ਉੱਠ ਕੇ ਮਿਹਨਤ ਕਰੋਗੇ ਨਾ ਤੜਕੇ ਵਾਲੀ ਮਿਹਨਤ ਨੇ ਤੁਹਾਨੂੰ ਅੱਗੇ ਖੜਨਾ ਜੀ ਹੁਣ ਜੇ ਤੁਸੀਂ ਕਹੀ ਜਾਓ ਮੇਲੇ ਅਤੇ ਮੈਚ 'ਤੇ ਮਿਹਨਤ ਲੱਗ ਹੀ ਜਾਣੀ ਨਾ ਨਹੀਂ ਜਿਹੜੀ ਐਕਸਰਸਾਈਜ਼ ਟ੍ਰੇਨਿੰਗ ਕਰਕੇ ਤੜਕੇ 4 ਵਜੇ ਉੱਠੋ ਨਾਲ ਲਓ ਰੱਬ ਦਾ ਨਾਂ ਰੁਮਾਲੀ ਲਾ ਕੇ ਮਹਾਰਾਜ ਦਾ ਨਾਂ ਲਓ ਉਹਦੇ ਗੜੀ ਅਰਜ ਕਰੋ ਕਿ ਵਾਹਿਗੁਰੂ ਕਿਰਪਾ ਕਰ ਉਹਨੇ ਕਿਰਪਾ ਕਰਨੀ ਵਾਹਿਗੁਰੂ ਨੇ ਠੀਕ ਹੈ ਉਸ ਤੋਂ ਬਾਅਦ 'ਚ ਸਾਰਾ ਕੁਝ ਕਰਕੇ ਰੱਬ ਦਾ ਨਾਂ ਲੈ ਕੇ ਰੋਟੀ ਪਾਣੀ ਖਾ ਕੇ ਫਿਰ ਸੌਂ ਜਾਓ ਫਿਰ ਕਰੋ ਸ਼ਾਮਾਂ ਨੂੰ ਫਿਰ ਤਿਆਰੀ ਹੈ ਇੱਧਰ ਦੀ ਮੈਚ ਨੂੰ ਫੋਨ ਕਰ ਲੈਣਾ ਬੰਦ ਅਗਲੇ ਬੰਦੇ ਨੂੰ ਕਹਿਣਾ ਜਿਹਨੂੰ ਇੱਕ ਗੱਲ ਇਹ ਆ ਜਿਹਨੂੰ ਹਾਂ ਕੀਤੀ ਉੱਥੇ ਜਾਣਾ ਪੱਕਾ ਕਦੀ ਕਿਸੇ ਨੂੰ ਗੋਲੀ ਨਹੀਂ ਪਾਉਣੀ ਹਾਂ ਨਹੀਂ ਨਹੀਂ ਪੈਸੇ ਗੱਲ ਕਰਦਾ ਪੁੱਤ ਕਿਸੇ ਨੂੰ ਗੋਲੀ ਨਹੀਂ ਪਾਉਣੀ ਹਾਂ ਅਗਲੇ ਨੂੰ ਪੈਸਿਆਂ ਦਾ ਕਹਿ ਦਿਉ ਇੰਨੇ ਚਾਹੀਦੇ ਜਾਂ ਇੱਦਾਂ ਚਾਹੀਦਾ ਪਰ ਕਿਸੇ ਨੂੰ ਜਵਾਬ ਨਹੀਂ ਦੇਣਾ ਪੈਰ 'ਤੇ ਪੈਰ ਵੀ ਇੱਦਾਂ ਨਾ ਉਹ ਬੰਦੇ ਦੇ ਸੂਲਾਂ ਦੇ ਖਰਾਬ ਆ ਅਖਲਾਕ ਆ ਜਿਤਨਾ ਲਾਲਾ ਉਹ ਪਲੇਅਰ ਦੇ ਸੂਲ ਨਹੀਂ ਰਹੀ ਅਤੇ ਜਿਹਦੇ ਨਾਲ ਹਾਮ ਆ ਉਹਦੇ ਨਾਲ ਹਾਮ ਬਸ ਫਿਰ ਬੰਦਾ ਕਦੀ ਮਾਰ ਨਹੀਂ ਖਾਂਦਾ ਅਤੇ ਉਹਦੀ ਰੱਬ ਵੀ ਸਹਾਇਤਾ ਕਰਦਾ ਅਤੇ ਮਿਹਨਤ ਨਾ ਛੱਡੋ ਮਿਹਨਤ ਤੜਕੇ ਵਾਲੀ ਮਿਹਨਤ ਬੰਨ ਲਾ ਬੱਲੇ ਕਿ ਕਰਨੀ ਆ ਹੀ ਕਰਨੀ ਆ ਤੂੰ ਜੇ ਤੜਕੇ ਵਾਲੀ ਮਿਹਨਤ ਕਰੇਗਾ ਨਾ ਮੁੱਠੀ ਭਰ ਤੇਰਾ ਸਰੀਰ ਆ ਰਨਿੰਗ ਅਤੇ ਦੋਹਰੇਦਾਰੇ ਲਾ ਲਿਆ ਕਰ ਅਤੇ ਸਪਰਿੰਟਾਂ ਲਾਇਆ ਕਰ ਬੈਕ ਅੱਗੇ ਹੁਣ ਵੇਲਾ ਜੀਵਨ ਕਿੱਦਾਂ ਦਾ ਜੀਵਨ ਵਰਗਾ ਤੇਰਾ ਸਰੀਰ ਆ ਉਹ ਜੀਵਨ ਨੂੰ ਉੱਥੇ ਆ ਮਾੜਾ ਜਿਹਾ ਫੜ ਫੁੜ ਲਾ ਲੱਤ ਫੜਾਉਂਦਾ ਤੇਰੇ 'ਚ ਇਹ ਆ ਕਿ ਤੂੰ ਥੋੜ੍ਹਾ ਜਿਹਾ ਲੱਤ ਫੜਾ ਦਿੰਦਾ ਤੈਨੂੰ ਉਦਣ ਸਮਝਾਇਆ ਉਹ ਚੀਜ਼ ਕਰਿਆ ਕਰ ਉਹ ਕਰਨੀ ਆ ਹਾਂ ਦੀਦੀ ਹਾਂ
ਨਹੀਂ ਨਹੀਂ ਚਲੋ ਪੈਣਾ ਪਲਾ ਜੀ ਸਿੱਖਣਾ ਵਾ ਬੜਾ ਕੁਝ ਸਿੱਖਣਾ ਅਜੇ ਅਜੇ ਵੇਖਿਆ ਕਰ ਉਹਨਾਂ ਨੇ ਉਹਨਾਂ ਤੋਂ ਹੁਣ ਅਸੀਂ ਲੱਗੀ ਹੈ ਨਾ ਜਿੱਦਾਂ ਅਸੀਂ ਹਾਂ ਸੀਨੀਅਰ ਪਲੇਅਰ ਲੱਗ ਗਿਆ ਕੋਈ ਹੁਣ ਮੰਨ ਕੇ ਚੱਲ ਤੇਰੇ 'ਚ ਨਹੀਂ ਸਾਡੀ ਸਪੀਡ ਥੋੜ੍ਹੀ ਹੈਗੀ ਅਸੀਂ ਤਾਂ ਤੈਨੂੰ ਤੇਰੀ ਗਲਤੀ 'ਤੇ ਫੜਨਾ ਹੁਣ ਜਿਹੜੇ ਨਾਲ ਜਾਫੀ ਲੱਗੇ ਹੁੰਦੇ ਨਾ ਉਹਨਾਂ ਨੇ ਕਹਿਣਾ ਕਾਲੇ ਨਹੀਂ ਪੈਣਾ ਇਹਨੇ ਗਲਤੀ ਕਰਨੀ ਉਹਨ ਅਸੀਂ ਤੈਨੂੰ ਤੇਰੀ ਗਲਤੀ 'ਤੇ ਹੁਣ ਜੇ ਤੂੰ ਆਪਦੇ ਹਾਣ ਦਿਆਂ 'ਚ ਪਾਏਗਾ ਉਹਨਾਂ 'ਚ ਤੈਨੂੰ ਸੌਖਾ ਲੱਗਣਾ ਪਾਉਣ ਉਹਨਾਂ ਟੁੱਟ ਕੇ ਲੱਗ ਜਾਣਾ ਤੇਰੇ 'ਤੇ ਦੋ ਕੁ ਤੂੰ ਥਾਪੀਆਂ ਮਾਰਦੇ ਅਤੇ ਮੁੜ ਕੇ ਉਹਨਾਂ ਕਮਲੇ ਹੋ ਜਾਣਾ ਸਾਡੇ ਗਾੜੀ ਤੂੰ ਥਾਪੀ ਮਾਰੇਗਾ ਤਾਂ ਅਸੀਂ ਠੰਡੇ ਹੋਣਾ ਅਸੀਂ ਤੈਨੂੰ ਕਹਿੰਦਾ ਕੋਈ ਨਹੀਂ ਅਜੇ ਮੈਚ ਚੱਲਣ ਦਿਆ ਇਹਨੂੰ ਕਾਬੂ ਕਰ ਲਾਂਗੇ ਪਰ ਰਿਲੈਕਸ ਰਹੋ ਦਿਮਾਗ ਠੰਡਾ ਰੱਖੋ ਠੰਡਾ ਰੱਖੋ ਠੰਡਾ ਰੱਖੋ ਅਸੀਂ ਜਦੋਂ ਠੰਡਾ ਰਿਹਾ ਤੂੰ ਕੋਈ ਗਲਤੀ ਕਰਨੀ ਤੇ ਉੱਥੇ ਗਲਤੀ ਹਾਂਜੀ ਜਿਹੜਾ ਸਿਆਣਾ ਪਲੇਅਰ ਹੁੰਦਾ ਨਾ ਕੋਈ ਵੀ ਟੀਮ ਦੇ ਵਿੱਚ ਸਿਆਣਾ ਜਾਫੀ ਲੱਗਾ ਉਹਦੀ ਰਣਨੀਤੀ ਸਮਝ ਗਿਆ ਨਾ ਬੰਦਾ ਫੇਰ ਨਹੀਂ ਉਹਨੂੰ ਸਮਝੋ ਬਸ ਹੈਗਾ ਮੈਂ ਛੋਟਾ ਕੋਈ ਅਜੇ ਲੱਗ ਜਾਣਾ ਹੋਰ ਰੈਡੀ ਪੁੱਤ ਦੂਜਾ ਮਾਰਾ ਮੈਂ ਸੁਣ ਲਿਆ ਹਾਂ ਅਤੇ ਮਤਲਬ ਕਿ ਗੱਲ ਉਹਨਾਂ ਕੀਤੀ ਵੀ ਮਹਾਰਾਜ ਜਿਹੜੇ ਜਾਨਵਰ ਆ ਕਿੰਨੇ ਜਾਨਵਰ ਆ ਧਰਤੀ 'ਤੇ ਜਿਹੜੇ ਆਂਡੇ ਦਿੰਦੇ ਆ ਅਤੇ ਕਿੰਨੇ ਜਾਨਵਰ ਆ ਜਿਹੜੇ ਬੱਚੇ ਦਿੰਦੇ ਅਤੇ ਉਹਨੇ ਗਾੜੀਆਂ ਜਵਾਬ ਦਿੱਤਾ ਵੀ ਜਿਨ੍ਹਾਂ ਦੇ ਕੰਨ ਅੰਦਰ ਆ ਉਹ ਆਂਡੇ ਦਿੰਦੇ ਆ ਜਿਨ੍ਹਾਂ ਦੇ ਕੰਨ ਬਾਹਰ ਆ ਉਹ ਬੱਚੇ ਦਿੰਦੇ ਜਿੱਦਾਂ ਕੰਨ ਬਾਹਰ ਤੁਸੀਂ ਲਾ ਲਓ ਸਾਹਿਬ ਹੁਣ ਵੀ ਸਹੀ ਗੱਲ ਆ ਜਿਹਦੇ ਕੰਨ ਬਾਹਰ ਆ ਉਹਨਾਂ ਬੱਚੇ ਦੇਣੇ ਜਿਨ੍ਹਾਂ ਦੇ ਕੰਨ ਅੰਦਰ ਆ ਉਹਨਾਂ ਆਂਡੇ ਦੇਣੇ ਵਾਕਿਆ ਸਹੀ ਗੱਲ ਆ ਜਿੰਨੇ ਜੀਵ ਜੰਤੂ ਜਿਨ੍ਹਾਂ ਦੇ ਕੰਨ ਅੰਦਰ ਆ ਉਹਨਾਂ ਵਾਕਿਆ ਆਂਡੇ ਦਿੰਦੇ ਆ ਆਂਡੇ ਦੇਣੇ ਕਿਦਾਂ ਮੁੱਤੀਏ ਕਿਆ ਹਾਲ ਹੋ ਗਰੋ ਤੁਹਾਨੂੰ ਹਲੋ ਕੀ ਹਾਲ ਆ ਕਿਹੜਾ ਵੀਰ ਉਹ ਵੀਰ ਆਇਆ ਘਰੇ ਜਦੋਂ ਹੁਣ ਕਿਦਾਂ ਮੁੱਤ ਗਿਆ ਗੋਪੀ ਤਾਊ ਉਹ ਬਹੁਤਾ ਨਾ ਗੋਪੀ ਤਾਊ ਜਾਣਾ ਕਿਥਰੇ ਕਦੀ ਫੋਟੋ ਖਿੱਚੀਏ ਗਾਇ ਤੋਂ ਪੁੱਛ ਜੀ ਕੋਲਾ ਚਿੱਟੀ ਜਿਹੀ ਆ ਹੋਰ ਮੜਿਆ ਮੈਨੂੰ ਅਜੇ ਚੇਤਾ ਕਹਿੰਦਾ ਤੇਰੇ ਤੋਂ ਕਿਹੜਾ ਭੱਜਿਆ ਨਾ ਤੇਰੇ ਗੋਡੇ ਭਿੜਦੇ ਅਸੀਂ ਫਿਰ ਵੀ ਪਰ ਪਹਿਲੇ ਨੰਬਰ ਤੇ ਆਏ ਮਹਾਂਪੁਰਖ ਕਰ ਗਏ ਕਿਰਪਾ ਬਾਪੂ ਦਾ ਭਲਵਾਨ ਜੀ ਕਰਮ ਵਾਲੇ ਭੁੰਜੇ ਨਹੀਂ ਬਹਿਣ ਦਿੰਦੇ ਮੈਨੂੰ ਉਹ ਕਹਿੰਦੇ ਹੁੰਦੇ ਕੁਰਸੀ ਲਿਆਓ ਭਲਵਾਨ ਆਤੇ ਭਲਵਾਨ ਆਇਆ ਮਹਾਰਾਜ ਨਹੀਂ ਉਹਨਾਂ ਨੇ ਉਹਨਾਂ ਦੀ ਬਦੌਲਤੀ ਹੈ ਸਾਰਾ ਕਰਤਾਰ ਭਲਵਾਨ ਵੀ ਜਿਹੜਾ ਸਾਡਾ ਭਲਵਾਨ ਹੋਇਆ ਸੁਰ ਸਿੰਘ ਦਾ ਬਾਪੂ ਸੋਹਣ ਸੋਹਣ ਦੀ ਥਾਪੀ ਉਹਨੇ ਸਾਰੀ ਦੁਨੀਆ ਢਾਹਤੀ ਲਿਸਾ ਕੁੜੀ ਮੋਟੀ ਆ ਯਾਦ ਕਰੇ ਤੁਸੀਂ।
ਦਾ ਸਿੱਖ ਸਰਦਾਰ ਗੱਭਰੂ ਹੈ। ਉੱਚਾ ਲੰਮਾ ਗੱਭਰੂ ਨੂੰ ਉੱਚੀ ਲੰਮੀ ਹੋਗਾ ਆ ਫੜੀ ਨੀ ਮਾਏ ਪੋੜੀਆਂ ਤੇ ਮੈਨੂੰ ਮੁੰਡਾ ਲੈਣ ਦੇ ਵਿੱਚ ਆ ਫੜੀ ਨੀ ਮਾਏ ਪੋੜੀਆਂ ਤੇ ਮੈਨੂੰ ਮੁੰਡਾ ਲੈਣ ਦੇ ਵੇਖੋ ਤੇਰੇ ਪਾਸੇ ਜਿੰਨੀ ਵੀ ਰੱਬ ਰੂਪੀ ਸੰਗਤ ਸਾਡੇ ਦਰਮਿਆਨ ਪੁੱਜੀ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਸਤਿਕਾਰ ਕਰਾਂਗੇ। ਹੋਰ ਸੌਟ ਵਾਲਿਆ ਥੋੜੀ ਜਿਹੀ ਜ਼ਿੰਮੇਵਾਰੀ ਸਾਂਭ ਲਈ ਹੁਣ ਕਹਿੰਦੇ ਗੱਲਾਂ ਟਿਕਾਣੇ ਲੱਗਣੀਆਂ ਢੋਲਾ ਵਾਲੇ ਵੀਰ ਭਰਾ ਕਹਿੰਦੇ ਸੁਰਸਿੰਘ ਦੀ ਧਰਤੀ ਖਿੱਚ ਕੇ ਤਿਆਰੀਆਂ ਤੇ ਰੀਤਾਂ ਨਾਲ ਜਿੰਨਾ ਛਾਤੀਆਂ ਸੰਗਾਰੀਆਂ ਉਧਰਲੇ ਪਾਸੇ ਇੱਕ ਵੱਡਾ ਐਲਾਨ ਹੋ ਗਿਆ ਹਰਜੀਤ ਕਨੇਡਾ ਬੜਾ ਜੱਫਾ ਵੇਖ ਲਈਏ ਆ ਜੱਫਾ ਵਧੀਆ ਲੱਗਾ ਤੇ ਕਰਾ ਧਾੜੀ ਮਾਰ ਦਿਓ ਮੇਰੇ ਵੀਰ ਇਹ ਆ ਸੰਦੀਪ ਰਿਆ ਕੀ ਕਰਦਾ ਹੈ ਸੰਦੀਪ ਰਿਆ ਬਾਲ ਵੱਧ ਗਿਆ ਇੱਕ ਪਾਸੇ ਕਹਿੰਦੇ ਇੱਕ ਨਾ ਮੁੰਡੇ ਦਾ ਕਹਿੰਦੇ ਰੰਗ ਰਸਤਾ ਨਹੀਂ ਪੀ ਮਿਲੇਗਾ ਦੋ ਨੰਬਰ ਤੇ ਲੱਗਾ ਉਹ ਕਹਿੰਦੇ ਦੋ ਨੰਬਰ ਦਾ ਬੰਦਾ ਮਾਣਾ ਤੇ ਦੋ ਨੰਬਰ ਦਾ ਧੰਦਾ ਮਾਣਾ ਦੋ ਨੰਬਰ ਦਾ ਬੰਦਾ ਮਾਣਾ ਦੋ ਨੰਬਰ ਦਾ ਧੰਦਾ ਮਾਣਾ ਹਿਮਾਲੇ ਪਰਬਤ ਨਾਲ ਟੱਕਰ ਛੱਡਣੇ ਥੋੜੀ ਆ ਪਾਲਣੇ ਮਤਲਬ ਸਾੜ ਲੈਣੇ ਉਹ ਤਾਂ ਵੱਖਰੀ ਗੱਲ ਹੈ ਫਿਰ ਕੇ ਹਾਂ ਇਹ ਕਰੀਬ ਲਾ ਕੇ ਪਾਲੋ ਪਾਲੋ ਇਹ ਪ੍ਰਵਾਨ ਜੀ ਇਹ ਆ ਵੀ ਵੇਖੋ ਇਹ ਤੁਸੀਂ ਗੱਲ ਕਰੋ ਨਾ ਤੁਹਾਡੀ ਗੱਲ ਲੋਕ ਸੁਣਦੇ ਆ ਮੈਂ ਵੀਰ ਜੀ ਬੜਾ ਕਹਿੰਦੇ ਹੁਣ ਲੋਕਾਂ ਨੇ ਨਾ ਪਰਿਵਾਰ ਦੀ ਤੇ ਆਮ ਨਹੀਂ ਲੋਕ ਸੁਣਦੇ ਆਮ ਜਿੱਦਾਂ ਤੁਸੀਂ ਜੀ ਤੁਹਾਡੀ ਗੱਲ ਲੋਕ ਸੁਣਦੇ ਨਹੀਂ ਹੁਣ ਨਾ ਵੇਖੋ ਵੇਖੋ ਲੋਕ ਤਾਂ ਜਾਗਰਤ ਨਹੀਂ ਲੋਕੇ ਜੀ ਹੋਇਆ ਵਾ ਰੁੱਖਾਂ ਨੂੰ ਭਲਾ ਜੇ ਆਪਣੀ ਹੋਂਦ ਆ ਨਾ ਹੁਣ ਇੱਕ ਹਊ ਬਣਾਇਆ ਲੋਕਾਂ ਨੇ ਵੇਖੀ ਜੱਟ ਜਿਮੀਦਾਰ ਝੋਨਾ ਲਾਉਂਦੇ ਆ ਪਾਣੀ ਖਪਤ ਹੁੰਦਾ ਝੋਨੇ ਨਾਲ ਕੋਈ ਪਾਣੀ ਨਹੀਂ ਖਪਤ ਹੁੰਦਾ ਜਿੰਨੀਆਂ ਫੈਕਟਰੀਆਂ ਖਪਤ ਕਰਦੇ ਹੁਣ ਮੇਰੀ ਗੱਲ ਸੁਣੋ ਝੋਨਾ ਆਪਾਂ ਲਾਤਾ ਝੋਨੇ ਦੇ ਉੱਤੇ ਜਦੋਂ ਪਾਣੀ ਸੁਹਾਗਾ ਵੱਜ ਗਿਆ ਥੱਲੇ ਤੇ ਪਾਣੀ ਜਾਂਦਾ ਨੀ ਨੋਰਮਲ ਪਾਣੀ ਰਹਿੰਦਾ ਬੱਤਰਵਾਂ ਜਿਹਾ ਤੇ ਜਿਹੜੀਆਂ ਫੈਕਟਰੀਆਂ ਇੰਨਾ ਇੰਨਾ ਪਾਣੀ ਵੇਸਟ ਹੁੰਦਾ ਰੋਜ਼ ਦਾ ਉਹ ਕਿੱਧਰ ਜਾਂਦਾ ਆਪਣਾ ਪਾਣੀ ਜਿਹੜਾ ਖੜਾ ਨਾ ਉਹ ਦਿੰਦਾ ਲੋਕਾਂ ਨੂੰ
ਉਹਦੇ ਤੋਂ ਪਾਣੀ ਖਪਤ ਭਲਾ ਕਿਹੜਾ ਕਰਦਾ ਇਹ ਝੋਨਾ ਜਿਹੜਾ ਆਪਾਂ ਬੀਜਦੇ ਆ ਉਹੜਾ ਛੱਟੇ ਵਾਲਾ ਉਹ ਜ਼ਿਆਦਾ ਖਪਤ ਕਰਦਾ ਜੇ ਪਾਣੀ ਹਾਂ ਕਿਉਂਕਿ ਇਹ ਚਿੱਕੜ ਵੱਜ ਗਿਆ ਨਾ ਜਦੋਂ ਚਿੱਕੜ ਵੱਜ ਗਿਆ ਪਾਣੀ ਪਾਣੀ ਥੱਲੇ ਨਹੀਂ ਜਾਂਦਾ ਉਹ ਜਦੋਂ ਰਹਿੰਦਾ ਪੋਲਾ ਵਾਹਣ ਉਹ ਪਾਣੀ ਥੱਲੇ ਜੀਰੀ ਜਾਂਦਾ ਇਹ ਦੋ ਟੱਪੇ ਤੁਸੀਂ ਮਾਰ ਲਓ ਥੱਲੇ ਸੁੱਕੀ ਨਿਕਲਦੀ ਨਹਿਰਾਂ ਨੂੰ ਨਾ ਸੋਇਆ ਸੜਕਾਂ ਦੇ ਥਾਂ ਚ ਲੱਗ ਜਾਣਾ ਰੁੱਖ ਯਾਰ ਤੇ ਜਾਂ ਪੰਚਾਇਤਾਂ ਨੂੰ ਆਉਣ ਵਾਲਾ ਜਿਹਦੇ ਕੋਲ 10 ਕਿੱਲੇ ਪੈ ਰਹੀ 1 ਕਿੱਲਾ ਹੀ ਲੱਗੇ ਵੱਡਾ ਪਾਣੀ ਦਾ ਇਸ਼ੂ ਨਹੀਂ ਹੈਗਾ ਪਾਣੀ ਦਾ ਕਾਹਦਾ ਇਸ਼ੂ ਆ ਯਾਰ ਸੋਇਆ ਚ ਪਾਣੀ ਆਵੇ ਸਾਰਾ ਕੁਝ ਹੋਵੇ ਖਾਲ ਛੱਡੇ ਜਾਣ ਪਾਈਪਲਾਈਨ ਪਾ ਦੋ ਪਾਣੀ ਦੇ ਚੁਟਕੀਆਂ ਦੀ ਗੱਲ ਹੈ ਪਾਣੀ ਪੂਰਾ ਕਰਨਾ ਸਰਕਾਰ ਵਾਸਤੇ ਪਾਣੀ ਘਟਣ ਦਾ ਨਹੀਂ ਕੋ ਮਸਲਾ ਕਰਦੇ ਨਹੀਂ ਹੈ ਮਸਲਾ ਹੁਮਸ ਦਾ ਤੇ ਆ ਜਿਹੜੇ ਹੀ ਨਾਰ ਨੂੰ ਅੱਗ ਲਾਉਣੇ ਦੀ ਗਰਮੀ ਆ ਰਹੀ ਹੈ ਇਹ ਰੁੱਖਾਂ ਨਾਲ ਇਹ ਘਟਣੀ ਜਿਹੜਾ ਹੀ ਅੱਗ ਲਾਉਣਾ ਬੜਾ ਕਰਦਾ ਕੋਈ ਨਹੀਂ ਇਹ ਇੱਕ ਸੂਲ ਫੇਰ ਕੇ ਵੀ ਆਪਣੇ ਮਤਲਬ ਆਪਣੀ ਝੋਨੇ ਵਾਲੇ ਵੀ ਨਿਕਲੇ ਆ ਬਲੂਜੀ ਦੇ ਪਾਸੇ ਹੋ ਗਿਆ ਤੁਸੀਂ ਚੱਲ ਜਾਓ ਧੰਨਵਾਦ ਤੁਹਾਨੂੰ ਵਧੀਆ ਆ ਰਹੀ ਹੈ ਵਧੀਆ ਵਤਾੜਦੇ ਆਪਾਂ ਇੱਥੇ ਰੂਲ ਨਹੀਂ ਫੋਲੋ ਕਰਦੇ ਜਦੋਂ ਮੈਂ ਬੱਚੇ ਨੂੰ ਨੂੰ ਜਾਣਦੇ ਆ ਆਪਾਂ ਕਿੱਦਾਂ ਟੈਨਸ਼ਨ ਹੋ ਕੇ ਬੈਠੇ ਨੇ ਚੰਡੀਗੜ੍ਹ ਨੂੰ ਜਾਣਦੇ ਬੈਲਟ ਲਾ ਲਓ ਆਪਣੇ ਦਿਮਾਗ 'ਚ ਹੀ ਹੈ ਨਾ ਬਿਲਕੁਲ ਆਪਾਂ ਇੱਥੇ ਅੰਮ੍ਰਿਤਸਰ ਨੂੰ ਜਾਣਾ ਯਾਰ ਕਿਹੜਾ ਡੱਕੂਗਾ ਕੋਈ ਨਹੀਂ ਕਰ ਲਾ ਨਹੀਂ ਉਹ ਆਪਣੇ ਨਾ ਉੱਥੇ ਜਾਂਦੇ ਆ ਸਾਰੇ ਇੱਥੇ ਵਧੀਆ ਡਰਾਈਵਰ ਹੋ ਜਾਂਦੇ ਨਾ ਕੋਈ ਚਾਈ ਤੋਂ ਤਾਂ ਜਾਂਦਾ ਕੰਨੇ ਚ ਗੰਦੇ ਹੋਏ ਨੇ ਸਾਰੇ ਚ ਗੰਦੇ ਹੋਏ ਨੇ ਫਿਰ ਇੱਥੇ ਆਉਂਦੇ ਆ ਕਰਨੀਆਂ ਜਿੰਨੀਆਂ ਲੱਗੀਆਂ ਲਾਈਟਾਂ ਸਾਰਾ ਕੁਝ ਫੋਲੋ ਕਰਦੇ ਫਿਰ ਉੱਥੇ ਜਾ ਉਹ ਨਾਲੇ ਨਾ ਜਿਹੜਾ ਬਣਿਆ ਨਾ ਉਹ ਮੇਰੇ ਹਿਸਾਬ ਨਾਲ ਸਖਤੀ ਜ਼ਰੂਰੀ ਬਾਹਰ ਦੇ ਤੌਰ ਤੇ ਉੱਥੇ ਪਤਾ ਨਹੀਂ ਕਿਹੜੇ ਬਣਿਆ ਮੇਰੇ ਹਿਸਾਬ ਨਾਲ ਨਕਸ਼ਾ ਵਾ ਬਾਹਰ ਦਾ ਵੇਖ ਨਾ ਸੋ ਜੀ ਕਿਹੜਾ ਪਤਾ ਨਹੀਂ ਕਾਰਬੂ ਜੀ ਉਹਦਾ ਨਾਮ ਹੁਣ ਬਾਹਰ ਪਾਣੀ ਦਾ ਲੈਵਲ ਚੈੱਕ ਕਰਦੇ ਪਾਣੀ ਕੱਢਦੇ ਆ ਬੱਤੀ ਦਾ ਕਰਦੇ ਪ੍ਰਬੰਧ ਉਸ ਤੋਂ ਬਾਅਦ ਰੁੱਖਾਂ ਦਾ ਪਾਰਕ ਇੱਕ ਛੱਡਣੀ ਛੱਡਣੀ ਮੇਨ ਜੀ ਰੁੱਖਾਂ ਵਾਲੀ ਗੱਲ ਹਾਂ ਰਿੜੇ ਵਾਲੇ ਬਣੇ ਹਰ ਬੰਦਾ ਧਿਆਨ ਕਰਨ ਇਹ ਰਿੜੇ ਆ ਬਸ ਉਹੀ ਜਿਹੜੀ ਗੱਲ ਆਪਾਂ ਕਰਨ ਡੇ ਨਾ ਕੋਈ ਲੱਗਦਾ ਜੇ ਕਰਦਿਆਂ ਦੇ ਆਖੇ ਨਾ ਹੋਰ ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਤੁਸੀਂ ਸਪੋਰਟਸਮੈਨ ਜੀ ਜਿਸ ਤਰ੍ਹਾਂ ਜੱਫਾ ਭਲਵਾਨ ਹਾਂਜੀ ਹਾਂਜੀ ਤੁਸੀਂ ਬੋਲਦੇ ਜੇ ਜਾਂ ਹੋਰ ਕੋਈ ਬੰਦੇ ਜਿਹੜੇ ਸਮਾਜ ਸੇਵੀ ਉਹ ਬੋਲਦੇ ਆ ਹਾਂਜੀ ਉਹਨਾਂ ਦੇ ਹੁਣ ਮੈਂ ਤੁਹਾਨੂੰ ਦੱਸਦਾ ਉਹਦੇ ਬਾਰੇ ਬੋਲਿਆ ਸੀ ਨਾ ਜਸੇ ਨੇ ਜਿਹੜਾ ਹੈਂਡੀਕੈਪਡ ਆ ਵੀਰ ਉਹ ਜਿਹੜਾ ਹਾਂ ਉਹ ਕੁਦਰਤੀ ਅੱਗੇ ਆਇਆ ਤਾਂ ਮੈਨੂੰ ਆਖਿਆ ਮੈਂ ਨਾ ਜੀ ਉਹਨੇ ਨਾਂ ਦੱਸਿਆ ਮੈਂ ਉਹ ਜਿਹਦੇ ਬਾਰੇ ਉਹਨੇ ਬੋਲਿਆ ਆਉਂਦਾ ਹਾਂ ਤੁਸੀਂ ਵੀ ਵਧੀਆ ਹੁਣ ਜਿਹੜਾ ਪਾਉਂਦੇ ਜੇ ਬੋਲ ਕੇ ਹਾਂਜੀ ਉਹ ਕੋਈ ਨਾ ਕੋਈ ਮੈਸੇਜ ਜਾਂ ਨਹੀਂ ਸਿਹਤ ਤੇ ਮਿਲਦੀ ਹੈ ਲੋਕਾਂ ਨਾਲ ਨਵੇਂ ਬੱਚਿਆਂ ਨੂੰ ਚਲੋ ਤੁਹਾਡਾ ਅਸਰ ਵੀ ਕਰਦੇ ਹਾਂ ਅਸਰ ਕਰਦੇ ਨਹੀਂ ਕਰਦੇ ਲੋਕ ਦੇ ਵੇਂਦੇ ਆ ਨਾ ਫਿਰ ਵੇਖਣ ਨਾ ਅੱਜ ਕੱਲ ਨਹੀਂ ਜਿੰਨਾ ਮਰਜ਼ੀ ਸਰਕ ਪਈ ਜੇ ਐਰ ਕਰਨੋਂ ਪੈ ਗਏ ਹਾਂ ਨਹੀਂ ਬਾਅਦ ਤੁਹਾਡਾ ਚਿਹਰਾ ਵੇਂਦੇ ਨਾ ਤੁਹਾਡਾ ਕੰਟਰੀਬਿਊਸ਼ਨ ਹੈਗਾ ਨਾ ਜੇ ਬੰਦੇ ਨੂੰ ਆਉਂਦਾ ਵੀ ਇਹ ਵਿਦਵਾਨ ਬਣਿਆ ਕਰਦਾ ਪਰ ਨਹੀਂ ਇਹਦੀ ਪੈਲੀ ਖੜਾ ਰੁੱਕੋ ਨਹੀਂ ਇਹ ਗੱਲ ਹਾਂ ਸਾਰੇ ਲੈ ਲੈਂਦੇ ਆ ਵੀ ਨਹੀਂ ਯਾਰ ਅਸੀਂ ਜੋ ਭਗਵਾਨ ਆੜ ਜੋ ਤੁਹਾਡੇ ਚ